ਆਸ਼ੀਰਵਾਦ ਬਣ ਗਿਆ। ਅਸਲਾਮ ਵਾਲੇਕੁਮ ਵੀਵਰ, ਕਿਆ ਹਾਲ ਹੈ? ਉਮੀਦ ਕਰਤਾ ਹੂੰ ਕਿ ਸਭ ਠੀਕ ਹੋਗੇ ਔਰ ਖੈਰ ਖਰੀਦ ਹੋਗੇ। ਸ਼ੋਰ ਪਤਾ ਕਿਉਂ ਆ ਰਿਹਾ? ਆ ਕਾਕੇ ਨੇ ਪ੍ਰੋਗਰਾਮ ਵਾੜਿਆ ਹੋਇਆ, ਕਾਕਾ ਕਰ ਰਿਹਾ ਕੰਮ, ਇਸ ਕਰਕੇ ਸ਼ੋਰ ਆ ਰਿਹਾ। ਅਤੇ ਆਪਣਾ ਬਸ਼ੀਰ ਭਾਈ ਆਏ। ਬਸ਼ੀਰ ਭਾਈ ਕਿਆ ਹਾਲ ਹੈ? ਬਸ਼ੀਰ ਭਾਈ, ਬਸ਼ੀਰ ਭਾਈ ਦੁੰਮਣ ਫਰੋਲ ਮਿਲ ਬੰਦ ਕੀਤੀ ਹੋਈ ਹੈ, ਦੁੰਮਣ ਫਰੋਲ ਮਿਲ ਬੰਦ ਹੈ ਜੀ। ਅਤੇ ਇਹਨੂੰ ਨਾ ਕਿੱਧਰ ਜਾਣਾ? ਰੇਲਵੇ ਰੋਡ ਕਾਰਨ ਇੰਸਪੈਕਸ਼ਨ ਮੀਟਰ ਲੱਗ ਜਾਏਗਾ। ਮੇਰੇ ਹਿਸਾਬ ਨਾਲ ਤੇਰੇ ਲੱਗਣਾ ਵਾ ਸ਼ਾਫਟ ਨੂੰ, ਜਿਹੜਾ ਬਰਫ਼ ਨਹੀਂ ਚੱਲਦਾ ਪੈਰ ਵੀ ਚੱਲਦਾ। ਹਾਂ ਯਾਰ ਪੈਰ ਤੇ ਤਾਣੀ ਸਲਿਪ ਨਹੀਂ ਹੁੰਦੀ, ਇਹੀ ਲੱਗੇ ਆ ਚੱਕਿਆਂ ਵਾਲੇ, ਚੱਕੀ ਵਾਲੇ ਲੱਗੇ ਆ। ਲਓ ਜੀ ਅਸੀਂ ਇਹਨਾਂ ਕਲਰ ਚੈਨ ਬਣਾਉਣ ਲੱਗੇ ਹਾਂ। ਬਜ਼ੁਰਗਾਂ ਨੂੰ ਬੁਲਾਇਆ, ਉਹਨਾਂ ਨੂੰ ਕਿਹਾ ਕਿ ਭਾਈ ਸਾਨੂੰ ਕਲਰ ਚੈਨ ਬਣਾ ਕੇ ਦਿਓ, ਅਤੇ ਅਸੀਂ ਕਲਰ ਚੈਨ ਬਣਵਾ ਲਈਏ, ਫਿਰ ਤੁਹਾਨੂੰ ਦਿਖਾਉਂਦੇ ਕਿੱਦਾਂ ਬਣਦੀ ਹੈ। ਲਓ ਗਾਇਜ਼, ਅਸੀਂ ਆ ਗਏ ਹਾਂ ਘਰ, ਅਤੇ ਹੁਣ ਖਾਣ ਲੱਗੇ ਹਾਂ ਰੋਟੀ। ਜਾਨੂੰ ਆਪਣਾ ਸੌ ਰਿਹਾ, ਜਾਨੂੰ ਸਕੂਨ ਦੀ ਜ਼ਿੰਦਗੀ ਆ ਇਹ, ਇਸ ਤੋਂ ਅੱਗੇ ਕੋਈ ਜ਼ਿੰਦਗੀ ਨਹੀਂ ਹੈਗੀ। ਸਕੂਨ ਮਾਹੌਲ, ਲੂਣੇ ਅਤੇ ਮਿੱਠੇ ਚੌਲ ਖਾ ਲਓ, ਪੀ ਲਓ ਅਤੇ ਯਾਸ਼ੀ ਕਰ ਲਓ। ਹੁਣ ਅਸੀਂ ਵੀ ਖਾ ਪੀ ਕੇ ਯਾਸ਼ੀ ਕਰਨ ਲੱਗੇ ਹਾਂ, ਅਤੇ ਹੁਣ ਸਾਨੂੰ ਖਾ ਲੈਣ ਦਿਓ ਯਾਰ। ਗਾਇਜ਼, ਅਸੀਂ ਆ ਗਏ ਹਾਂ ਦੁਕਾਨ 'ਤੇ, ਅਤੇ ਮੀਆਂ ਕੱਲੂ ਜਿਹੜਾ ਹੈ ਨਾ ਇਸ ਟਾਈਮ ਫੁੱਲ ਐਂਗਰੀ ਮੂਡ ਦੇ ਵਿੱਚ ਆ, ਗੁੱਸੇ ਦੇ ਵਿੱਚ, ਤੁਸੀਂ ਦੇਖ ਰਹੇ ਹੋ। ਚੱਲ ਮੈਂ ਲਿਆਉਂਦਾ ਲੱਭ ਕੇ ਪੱਤੀ ਜਲਦੀ ਲਿਆਓ ਯਾਰ। ਆ ਜੀ ਫੈਟਰੀ ਲੈਣ, ਇੱਥੇ ਜਲੀਲ ਹੀ ਹੋਣਾ ਪੈਂਦਾ ਸਾਰੀ ਦਿਹਾੜੀ। ਇਹ ਨਾ ਬਸ ਪਤਾ ਨਹੀਂ ਮਾਲਕ ਕਿੱਥੋਂ ਬਣ ਗਏ, ਫੜ ਤੜ ਕੇ ਮੀਂਹ ਬਣੇ ਹੋਏ ਆ ਇਹ। ਆਹੋ ਦੇਖ ਰਹੀ ਹੋ, ਲੱਭਣ ਦਿਆ ਪੱਟੀ, ਪੱਟੀ ਲੱਭ ਜੇ ਇਹਨੇ। ਅਤੇ ਉਹ ਮੇਰੀ ਗੱਲ ਕਹੋ ਨਾ, ਸੁਣਾਓ ਉਹ ਛਾਵੜਾ ਦੇ ਮੇਰੀ ਟੋਟਾ ਭਾਈ, ਮੈਂ ਪੰਦਾ ਲੈ ਕੇ ਨਹੀਂ ਆਇਆ ਬਰੀਕ ਜੀ, ਜਿਹਦੇ ਵਾਇਰਿੰਗ ਵੀ ਪਾਏ ਆਪਾਂ। ਤੇ ਪਈ ਲੈ ਗਿਆ ਚੱਕ ਕੇ ਤੂੰ, ਆ ਦੇਖ ਆ ਫੜ, ਚੱਲ ਨਿਕਲ ਬਸ। ਲਓ ਜੀ ਆ ਮੀਆਂ ਸਾਹਿਬ ਇਸ ਸਕ੍ਰੈਪ ਲੈ ਕੇ ਚੱਲੇ ਆ, ਆ ਰੱਖ ਲਾ ਤੇਰੀ ਆ ਯਾਰ। ਸ਼ਾਨੀ ਭਾਈ ਆ ਗਿਆ, ਭਾਅ ਜੀ ਚਾਹ ਮੇਰੀ ਕਿ ਚਾਹ ਚਾਹ ਕਹਿ ਦਿੱਤਾ ਕਹਿ ਰਹੇ ਉਹਨੂੰ ਉਹਨੂੰ ਜਾ ਕੇ ਕਹਿ ਕੱਲੂ ਚਾਹ ਦਾ ਕਹਿ ਕੇ ਗਿਆ ਉਹ ਭੇਜ। ਲਓ ਜੀ ਕੱਲੂ ਤੁਸੀਂ ਆਪ ਕੁਛ ਪੀ ਲਈਏ ਚਾਹ, ਕਿਉਂਕਿ ਹੁਣ ਅਸੀਂ ਖਾ ਕੇ ਆਏ ਹਾਂ ਰੋਟੀ, ਅਤੇ ਕੱਲੂ ਕੋ ਪੀ ਰਹੇ ਹਾਂ ਚਾਹ ਦੇ ਵਿੱਚ। ਸ਼ਾਨੀ ਸਾਹਿਬ ਹੋਰੀ ਲਾ, ਸ਼ਾਨੀ ਸਾਹਿਬ ਹੋਰਾਂ ਨੇ ਨਾ ਇੱਦਾਂ ਦਾ ਮੂੰਹ ਬਣਾਇਆ ਜਿੱਦਾਂ ਇਹਨਾਂ ਦੀ ਮੱਝ ਨਹੀਂ ਗਵਾਚ ਗਈ ਹੁੰਦੀ। ਸ਼ਾਨੀ ਕੀ ਹੋ ਗਿਆ? ਬਹੁਤ ਦੁੱਖ ਹੈਗਾ ਇਸ ਦੁਨੀਆਂ 'ਚ, ਸਾਡੇ ਵਾਸਤੇ ਵੀ ਉਸ ਤੋਂ ਜ਼ਿਆਦਾ ਹੀ ਹੈਗਾ। ਆ ਗਿਆ ਯਾਰ ਬਸ ਯਾਰ।
ਹਾਂਜੀ ਭਾਅ ਜੀ, ਕਿਹੜੀ ਝਰੀ? ਉਹ ਦੂਆ ਬ੍ਰੈਕਟ ਦੇਖ ਕੇ ਲਾ ਲਾ ਯਾਰ। ਲੋ ਗਾਇਜ਼, ਅਸੀਂ ਦੁਕਾਨ 'ਤੇ ਆ ਗਏ ਹਾਂ। ਆਹ ਬਸ਼ੀਰ ਭਾਈ ਨੇ, ਬਸ਼ੀਰ ਭਾਈ ਦਾ ਕੰਮ ਤਾਂ ਪੂਰਾ ਕਰ, ਬਸ਼ੀਰ ਭਾਈ ਦਾ ਅੱਜ ਫਿਰ ਕੰਮ ਕਰਨ ਲੱਗੇ ਹਾਂ। ਬਸ਼ੀਰ ਭਾਈ ਕਹਿੰਦੇ ਜੀ ਆਹ ਸਮਾਨ ਆ, ਮੀਟਰ ਫੜਾ ਯਾਰ ਆਹ ਭਾਈ। ਬਸ਼ੀਰ ਭਾਈ ਕਹਿੰਦੇ ਆ ਜੀ ਆਹ ਮੀਟਰ ਲਾਉਣਾ ਅਸੀਂ ਆਪਣੀ ਵਾਰਪਿੰਗ 'ਤੇ, ਅਤੇ ਆਹ ਮੀਟਰ ਕਾਊਂਟਰ ਇਹ ਅਸੀਂ ਲਾਉਣਾ ਵਾਰਪਿੰਗ 'ਤੇ। ਇਹ ਜਦੋਂ ਲਾਵਾਂਗੇ ਵੀਲ ਦੇ ਉੱਪਰ, ਨਾਲੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਲੱਗਿਆ ਹੈ। ਹੁਣ ਜੀ ਇਹ ਅਸੀਂ ਲਾਉਣ ਲੱਗੇ ਹਾਂ, ਹੁਣ ਇਹਦਾ ਕੋਈ ਜੁਗਾੜ ਜਗੂੜ ਲਾ ਕੇ, ਇਹਦਾ ਕੋਈ ਜੁਗਾੜ ਜਗੂੜ ਲਾ ਕੇ ਇਹਨੂੰ ਟਾਇਟ ਕਰਦੇ ਹਾਂ, ਉੱਥੇ ਦੇਖਦੇ ਹਾਂ ਸਾਡੇ ਕੋਲ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ। ਬਾਕੀ ਮਜੀਦ ਲਾਉਣ ਤੋਂ ਬਾਅਦ ਕਾਰੀਗਰ ਤੇ ਤੂੰ ਵੀ, ਕਾਰੀਗਰ ਤੇ ਤੂੰ ਹੀ, ਕਾਰੀਗਰ ਤੇ ਤੂੰ ਹੀ ਹੈ ਭਾਜੀ। ਮੈਂ ਤਾਂ ਆਪੇ ਫੀਲ ਲਿਆ, ਤੁਸੀਂ ਆਪੇ ਫੀਲ ਕਰੀ। ਇਹ ਸਾਡੇ ਫੈਜ਼ਾਬਾਦ ਦੀ ਆ ਗਈ ਮੀਰੂ ਬਾਜਵਾ, ਇੱਕ ਹੁੰਦੀ ਹੈ ਨਾ ਇੱਕ ਹੈਗੀ ਨੀਰੂ ਬਾਜਵਾ, ਨਹੀਂ ਨਹੀਂ ਇਹ ਸਾਡੀ ਹੈਗੀ ਮੀਰੂ ਬਾਜਵਾ, ਅਤੇ ਫੈਜ਼ਾਬਾਦ ਦੀ ਮੀਰੂ ਬਾਜਵਾ। ਜੇ ਤੁਸੀਂ ਇਹਦੇ ਕੱਪੜਿਆਂ 'ਤੇ ਨਹੀਂ ਜਾਣਾ, ਇਹਦੇ ਐਕਸ਼ਨ 'ਤੇ ਜਾਣਾ, ਤੁਹਾਨੂੰ ਵਾਕਈ ਲੱਗੇਗਾ ਕਿ ਮੀਰੂ ਬਾਜਵਾ ਜੀ। ਮਾਡਲ ਜਿਹੜਾ ਤੁਰ ਕੇ ਦਿਖਾਇਆ ਇਹਨਾਂ ਨੂੰ, ਸੋਰੀ ਦੇਖਿਆ ਇੰਗਲਿਸ਼ ਵੀ ਮਾਰਦਾ ਹੈ। ਇਹ ਨੀਰੂ ਬਾਜਵਾ ਨਹੀਂ ਹੈਗੀ, ਇਹ ਮੀਰੂ ਬਾਜਵਾ। ਕਿਉਂ ਮੀਰੂ ਦੇਖਿਆ ਮੀਰੂ ਦੇ ਨਾਂ ਤੋਂ ਕਿਹਾ ਨਾ, ਹਾਂਜੀ ਇਹ ਬਾਜਵਾ ਵੀ ਨਾਲ ਹੀ ਵੱਜਦਾ ਇਹਦੇ। ਗਾਇਜ਼ ਮਸ਼ੀਰ ਭਾਈ ਪਰੇਸ਼ਾਨ ਖੜੇ ਕਿ ਮੀਟਰ ਕਿੱਦਾਂ ਲਾਈਏ ਅਸੀਂ। ਹੁਣ ਸੋਚਦੇ ਹਾਂ ਚਾਚਾ ਟਿੰਡਕੂ ਵੀ ਪੁੱਛਦੇ ਹਾਂ ਕੀ ਕਹਿੰਦਾ ਚਾਚਾ। ਓ ਵਾਲੇਕੁਮ ਅਸਲਾਮ ਚਾਚਾ, ਤੈਨੂੰ ਹੁਣ ਯਾਦ ਆਇਆ ਸਾਨੂੰ ਦੁਆ ਸਲਾਮ ਕਰਨ ਦਾ? ਲਓ ਜੀ ਜਹੀਰ ਭਾਈ ਆ ਗਏ ਆ, ਅਤੇ ਜਹੀਰ ਭਾਈ ਆ ਗਏ ਆ, ਇਹ ਮੈਂ ਹੂੰ, ਇਹ ਜਹੀਰ ਭਾਈ ਹੈ, ਔਰ ਇਹ ਚਾਚਾ ਟਿੰਡ ਹੈ, ਔਰ ਹਮਾਰੀ ਪਾਰਟੀ ਹੋ ਰਹੀ ਹੈ। ਕਾਲ ਤਾਂ ਚੱਲ ਜੂਗੀ ਨਾ, ਉਹਦੀ ਕਾਲ ਤਾਂ ਚੱਕੇਗਾ ਨਾ ਯਾਰ। ਬਹੁਤ ਪਰੇਸ਼ਾਨ ਹਾਂ ਬਸ਼ੀਰ ਭਾਈ, ਬਹੁਤ ਪਰੇਸ਼ਾਨ। ਇਹ ਦੇਖ ਰਿਹਾ ਕਿ ਆਪਣਾ ਮੀਟਰ ਕਿੱਦਾਂ ਲੱਗੇਗਾ, ਸਾਨੂੰ ਤਾਂ ਲਾਉਣਾ ਹੀ ਨਹੀਂ ਆਉਂਦਾ। ਮੈਂ ਸੋਚ ਰਿਹਾ, ਮੈਨੂੰ ਕਹਿ ਰਿਹਾ, ਮੈਂ ਸੋਚ ਰਿਹਾ ਕਿੱਦਾਂ ਲਾਈਏ, ਚੱਲ ਦਿਮਾਗ ਚਲਾ ਰਹੇ ਹਾਂ। ਉੱਥੇ ਦੇਖ ਲੈਂਦੇ ਜਾ, ਉੱਥੇ ਮੈਂ ਦੇਖ ਕੇ ਆਇਆ, ਹੁਣ ਮੈਂ ਸਕੈਚ ਬਣਾ ਰਿਹਾ ਨਾ ਆਪਣੇ ਦਿਮਾਗ ਦੇ ਵਿੱਚ। ਅੱਛਾ ਕਿੱਦਾਂ ਲਾਉਣਾ ਆ ਠੰਡੀ ਕਿੱਥੋਂ ਲੱਭਣੀ ਆ ਸਕੀਨ ਦੀ? ਮੈਂ ਕਹਿੰਦਾ ਹਾਜੀ ਪਾਨ ਵਾਲੇ ਕੋਲ ਚਲੀ, ਠੰਡਾ ਠਾਰ ਸਕੀਨ ਲੱਭਣੀ, ਉਦੋਂ ਨਾਲ ਆਪਾਂ ਲਵਾਂਗੇ ਲੇਹ ਜਾਂ ਉੱਥੇ ਜਾ ਕੇ ਆਪਾਂ ਪੀਏਗੇ ਮਿਲਕਸ਼ੇਕ। ਚਲੋ ਜੀ ਅਸੀਂ ਪ੍ਰੋਗਰਾਮ ਬਣਾਉਂਦੇ ਹਾਂ, ਤੁਹਾਨੂੰ ਦੱਸਦੇ ਹਾਂ। ਕਿਉਂ ਬਸ਼ੀਰ ਭਾਈ ਸਹੀ ਨਹੀਂ? ਹਾਂ ਕਿਆ? ਹਾਂ ਦੇਖਿਆ ਇਹ ਮਾਲਕਾਂ ਦੇ, ਦੇਖ ਲੋ ਜੀ ਪਤਾ ਉਹਨਾਂ ਨੂੰ, ਪਤਾ ਹੀ ਨਹੀਂ ਕਿਹੜਾ ਕੰਮ ਹੋ ਗਿਆ ਕੀ ਲੈਣਾ। ਨਹੀਂ ਮੈਂ ਭਾਈ ਜੀ ਇਹਨੂੰ ਦੇਖ ਕੇ ਦੇਖ ਕੇ ਆਉਂਦੇ ਇੱਥੇ ਮੱਥੇ ਦੇ ਵੀ ਯਾਰ ਯਾਦ ਰਹੇ ਸੀ। ਅੱਛਾ ਸਰ ਮੈਨੂੰ ਨਾ ਉਹ ਤੁਸੀਂ ਅੱਛੀ ਜੀ ਫੈਕਟਰੀ
ਵੀਡੀਓ ਸੈਂਡ ਕਰੋ ਚੱਲਦੀ ਫੈਕਟਰੀ ਦਾ, ਦੇਖੋ ਦੋ ਤਿੰਨ ਚਾਰ ਕੁ ਲੋਮਾਂ ਜਿਹੜੀ ਦੋ ਕੰਡੀਸ਼ਨ ਨੇ ਉਹ ਵੀ ਵੀਡੀਓ ਸੈਂਡ ਕਰੋ ਮੇਰੇ ਮੋਬਾਈਲ 'ਤੇ। ਚਲੋ ਮੈਂ ਤੁਹਾਨੂੰ ਸੈਂਡ ਕਰਦਾ, ਮੇਰਾ ਨੰਬਰ ਲਿਖ ਲਓ ਤੁਸੀਂ ਮੈਨੂੰ ਆਪਣਾ ਨੰਬਰ। ਆ ਜੀ ਮੀਰੂ ਬਾਜਵਾ ਦਾ ਮੀਆਂ ਵਾ, ਮੀਆਂ ਸ਼ਾਹ ਸਾਹਿਬ, ਅਤੇ ਆ ਮੀਰੂ ਬਾਜਵਾ ਨਾਲ ਗੱਲ ਕਰਨ ਦੇ ਸੀਗੇ। ਚਪੇੜਾ ਨਾ ਖਾ ਲਈ ਮੇਰੇ ਕੋਲ, ਚਪੇੜਾ ਐਵੇਂ ਨਾ ਖਾ ਲਈ। ਇਹ ਤਾਂ ਭਾਈ ਹੁਣ ਮੈਂ ਚੜੂੰਗਾ ਯੂਟਿਊਬ 'ਤੇ, ਫਟਾਫਟ ਬਹਿ ਜਾ, ਨਹੀਂ ਤਾਂ ਤੂੰ ਫਿਰ ਚੜ ਜਾਣਾ ਯੂਟਿਊਬ 'ਤੇ। ਆਹੋ ਲਓ ਜੀ ਇਹ ਮੋਟਾ ਕਾਰੀਗਰ, ਬਾਕੀ ਆਹੋ ਇਹ ਨਾਲੇ ਮੇਰਾ ਸਾਇਆ, ਇਹ ਜੀ ਮੇਰਾ ਪਰਛਾਵਾਂ ਵਾ, ਮਗਰ 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 ਇਹਨੇ ਫਿਰਦੇ ਰਹਿਣਾ। ਤੂੰ ਇੱਕ ਤਾਂ ਤੁਸੀਂ ਪਰਛਾਵਾਂ ਦੇਖਿਆ ਹੀ ਨਹੀਂ ਮੇਰਾ, ਉਹ ਅੱਜ ਕੱਲ੍ਹ ਘੱਟ ਆਉਂਦਾ ਵਾ। ਅਤੇ ਜਹੀਰ ਭਾਈ ਅੱਜ ਹਨੇਰਾ ਹੋ ਗਿਆ, ਅੱਜ ਜਹੀਰ ਭਾਈ ਸਾਡੇ ਕੋਲ ਹੀ ਬੈਠੇ ਹੋਏ ਆ ਕਿਉਂਕਿ ਅਸੀਂ ਅੱਜ ਇਹਨਾਂ ਨੂੰ ਬੰਨ ਲਿਆ। ਆਓ ਜੀ ਮੇਰੀ ਲੇਬਰ ਬਾਹਰ ਬੈਠੀ ਆ ਗਈ, ਬਿੱਲੂ ਬਾਦਸ਼ਾਹ। ਲਓ ਜੀ ਆਹ ਬਿੱਲੂ ਬਾਦਸ਼ਾਹ, ਅਤੇ ਆਹ ਚਾਚਾ ਆਪਣੀ ਪਿੰਡ, ਆ ਜੀ ਸਮਾਨ ਬਲਾਲ ਦਾ ਕਾਰੀਗਰ, ਅਤੇ ਇਹ ਜੀ ਮਾਨੇ ਦਾ ਭਾਂਜਾ, ਅਤੇ ਆਹ ਕਲੈਣ, ਆਹ ਭਾਈ ਮੋਟੇ ਦਾ ਮੁੰਡਾ ਮਾਸ਼ਾਅੱਲਾ ਮਦਰੱਸੇ ਦੇ ਵਿੱਚ ਜਿਹੜਾ ਪੜ੍ਹ ਰਿਹਾ, ਹਿਫਜ਼ ਕਰ ਰਹੇ ਹਾਂ ਹੈਂ, ਕਿੰਨੇ ਸਪਾਰੇ ਜਾਂ ਅੰਮਾ ਪਾਰਾ ਜਾਂ, ਯਾਨੀ ਕਿ ਜੇ ਸਟਾਰਟ ਕੀਤਾ ਤੁਸੀਂ ਫਸ ਲਓ ਜੀ ਮਾਸ਼ਾਅੱਲਾ ਮੁੰਡਾ ਹਿਫਜ਼ ਕਰ ਰਿਹਾ, ਅੰਮਾ ਪਾਰਾ ਤੋਂ ਸ਼ੁਰੂ ਕੀਤਾ ਇਹਨੇ, ਅਤੇ ਅੱਲਾਹ ਤਾਲਾ ਕਾਮਯਾਬ ਕਰੇ ਇਹਨੂੰ। ਇਹਦੇ ਵਾਲਦ ਸਾਹਿਬ ਨੇ ਇਹਨਾਂ ਨੇ ਕਿਹਾ ਜੀ ਦੁਨਿਆਵੀ ਤਾਲੀਮ ਕੀ ਦੇਣੀ ਹੈ, ਦੀਨੀ ਤਾਲੀਮ ਦਿਓ ਬੱਚੇ ਨੂੰ। ਕਿਉਂ ਮੋਟਾ ਜੀ ਸਵੇਰੇ ਆ ਜਾਂਦਾ ਅਤੇ ਸ਼ਾਮ ਨੂੰ ਜਾਂਦਾ ਘਰ। ਹੋਰ ਜਹੀਰ ਭਾਈ ਗਾਇਜ਼, ਲਓ ਜੀ ਸਾਹਮਣੇ ਇਸ ਟਾਈਮ ਰੌਣਕ ਮੇਲਾ ਲਾ ਲਿਆ ਸਾਰਿਆਂ ਨੇ, ਦਿਨ ਵਾਲੀ ਛਿਪੜਨੇ ਅਤੇ ਰਾਤ ਵਾਲੀ ਛਿਪੜਨੇ ਦੇ ਕੋਲ। ਲਓ ਜੀ ਅੱਜ ਮੈਂ ਤੁਹਾਨੂੰ ਇੰਟਰੋਡਕਸ਼ਨ ਕਰਾਉਣਾ ਸਾਡੇ ਫੈਕਟਰੀ ਦੇ ਬੰਦਿਆਂ ਦਾ। ਇਹ ਹੈਗਾ ਜੀ ਸਾਡਾ ਬਾਬਾ ਚੌਂਕੀਦਾਰ। ਅੱਛਾ ਜੀ, ਹੋਰ ਹੋਗਾ ਆਹ ਤੁਹਾਨੂੰ ਪਤਾ ਹੀ ਹੈ ਗੁਜਰੀ ਸਾਡੀ, ਅਤੇ ਆਹ ਸਾਡਾ ਬਿੱਲੂ ਭਾਈ, ਚਾਚਾ ਟੇਣ ਹਾਫਿਜ਼ ਸਾਹਿਬ ਵੀ ਆ ਗਏ ਆ। ਮੂੰਹ ਤਾਂ ਦੇਖੋ ਹਾਫਿਜ਼ ਸਾਹਿਬ ਨੇ ਕਿੱਦਾਂ ਬਣਾਇਆ ਹੋਇਆ, ਮੂੰਹ ਬਣਾਉਣਾ ਹੀ ਜਦੋਂ ਪੈਸੇ ਨਹੀਂ ਲੱਭਣੇ ਹੈਗੇ ਯਾਰ, ਤੁਹਾਨੂੰ ਕੈਮਰੇ ਦੇ ਉੱਤੇ ਆ ਕੇ ਫਿਰ ਪੈਸੇ ਕਰੋ, ਤੁਹਾਨੂੰ ਸਿਰਫ ਕੈਮਰੇ ਦੇ ਆ ਕੇ ਮੰਗ ਕੇ ਖਾ ਲਈਏ ਬਾਬਾ ਜੀ। ਬਾਬਾ ਇੱਧਰ ਬੈਠਾ, ਸਲੀਮ ਥੱਲੇ ਬੈਠਾ, ਚੈਨਲ ਦੇ ਸਬਸਕ੍ਰਾਈਬ ਲੱਭਦੇ ਫਿਰਦੇ, ਤਨਖਾਹਾਂ ਦੇ ਦਿਆ ਕਰੋ ਤੁਸੀਂ ਬਸ ਟਾਈਮ ਨਾਲ, ਕੋਈ ਨਹੀਂ ਸਬਸਕ੍ਰਾਈਬ ਤੁਹਾਨੂੰ ਫਾਲੋ ਆਪ ਹੀ ਕਰੀ ਜਾਣਾ, ਜਿੱਦਾਂ ਦਾ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਸਬਸਕ੍ਰਾਈਬ ਲੱਭ ਜਾਣੇ ਇਹਨਾਂ ਵਿੱਚ, ਉਹ ਪੈਸੇ ਲੱਭ ਜਾਣੇ। ਕਿਉਂ ਬਾਈ ਉਹ ਕਹਿੰਦੇ ਨਹੀਂ ਸਿਰ ਮੁਰਾਦਾਂ ਹੁੰਦੀਆਂ ਨੇ। ਠੀਕ ਹੈ ਠੀਕ ਹੈ, ਆਹ ਟਕਲੇ ਨੂੰ ਤਾਂ ਕੁਛ ਵੀ ਨਾ ਦੋ ਨਾ, ਇਹ ਤਾਂ ਬਿਮਾਰੀ ਆ, ਜਿੱਧਰ ਨੂੰ ਪਾਣੀ ਦੀ ਰੇੜ ਆ ਉੱਧਰ ਨੂੰ ਆਏ, ਇਹ ਹੱਕ ਤਾਂ ਚੱਲਦਾ ਹੀ ਨਹੀਂ, ਇਹ ਨਵਾਜ਼ ਸ਼ਰੀਫ ਦਾ ਵੀ ਵਜ਼ਨ ਲੱਗਦਾ ਮੈਨੂੰ। ਆ ਜੀ ਸਾਡਾ ਰਾਤ ਵਾਲਾ ਮਕੈਨਿਕ, ਇਹਦਾ ਮੂੰਹ ਦਿਖਾਓ ਬਾਈ, ਮੂੰਹ ਦਿਖਾਓ ਬਾਈ ਆਪਣਾ, ਮਈ ਜੂਨ ਜੁਲਾਈ ਦਾ ਗੁਜਰ ਦਿਖਾ ਕਿੱਦਾਂ ਦੇ ਆਉਣ ਲੱਗ। ਆ ਜੀ ਰਾਤ ਵਾਲਾ ਇਹ
ਇਹ ਨਾ ਸਿਰਫ ਸਮਝ ਲਓ ਕਿ ਆਹੋ 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 ਹੀ ਆ ਆ ਭਾਈ ਸੁਭਾਜ ਆ ਬਹੁਤ ਖਤਰਨਾਕ ਬੰਦਾ ਜੀ ਦੱਸੋ ਗਾਇਦ ਆਪਾਂ ਬਾਅਦ 'ਚ ਮਿਲਦੇ ਹਾਂ। ਲਓ ਗਾਇਜ ਅਸੀਂ ਬੈਠੇ ਹਾਂ ਬਿਲਾਲ ਕੇ ਘਰ। ਬਿਲਾਲ ਆਇਆ ਇਸ ਟਾਈਮ ਬਾਜ਼ਾਰੋਂ ਅਤੇ ਅਸੀਂ ਬੈਠੇ ਹਾਂ ਉਹਦੇ ਘਰ ਇਹਦੇ ਡੈਡੀ ਵਾਲੇ ਕਮਰੇ 'ਚ। ਆਹ ਦੇਖੋ ਅਜੇ ਦੇਵਗਣ ਅਤੇ ਅਸੀਂ ਗੱਪਸ਼ਪ ਲਾ ਰਹੇ ਸੀਗੇ। ਮੈਂ ਕਿਹਾ ਵਲਾਗ 'ਤੇ ਅੱਜ ਦਾ ਆਪਾਂ ਐਂਡ ਕੀਤਾ ਨਹੀਂ ਅਤੇ ਲਿਹਾਜ਼ਾ ਅੱਜ ਦਾ ਵਲਾਗ ਕਰਦੇ ਹਾਂ ਖਤਮ। ਆਪਣੇ ਭਰਾ ਨੂੰ ਦਿਓ ਇਜਾਜ਼ਤ ਅਤੇ ਮੇਰਾ ਚੈਨਲ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਲਾਜ਼ਮੀ ਕਰੋ ਕਿਉਂਕਿ ਯਾਰ ਸਬਸਕ੍ਰਾਈਬਰ ਨਹੀਂ ਵੱਧ ਰਹੇ। ਤੁਹਾਡੀ ਮਿਹਰਬਾਨੀ ਮੇਰੇ ਸਬਸਕ੍ਰਾਈਬਰ ਵਧਾ ਦਿਓ ਅਤੇ ਸ਼ੇਅਰ ਕਰੋਗੇ ਤਾਂ ਸਬਸਕ੍ਰਾਈਬਰ ਵਧਣਗੇ ਅਤੇ ਲਿਹਾਜ਼ਾ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰੋ ਅਤੇ ਦੁਆਵਾਂ 'ਚ ਯਾਦ ਰੱਖਿਓ ਆਪਣੇ ਭਰਾ ਨੂੰ। ਅੱਲਾਹ ਹਾਫਿਜ਼।